ਕੀ ਜੀ ਮਤਲਬ ਇਲੈਕਸ਼ਨ ਵਗੈਰਾ ਕੋਈ ਤੁਸੀਂ ਲੜੀਆਂ ਕਦੇ ਕੋਈ ਸਰਪੰਚੀ ਦੀ ਜਾਂ ਕੋਈ ਐਮਐਲਏ ਵਗੈਰਾ ਦੀ ਕੋਈ ਇਲੈਕਸ਼ਨ ਕੋ ਕਦੇ ਲੜੀ ਤੁਸੀਂ ਅਗੇ ਹਾਂ ਮੈਂ ਥੋੜੇ ਲੰਚ ਲਾਇਆ ਇਸ ਮਤਲਬ ਰਾਂਝੜੀ ਦਾ ਤੋ ਉਸ ਇਸਲਾ ਜਨਰਲ ਸੈਕਟਰੀ ਉਹ ਬੀਜੇਪੀ ਦੇ ਜੀ ਜੀ ਲੇਕਿਨ ਤੁਹਾਡੇ ਇਲਾਕੇ ਦੀ ਮੈਂ ਹਾਲਤ ਦੇਖੀ ਕਿ ਪਾਣੀ ਹੀ ਨਹੀਂ ਹੈ ਅਗਰ ਮੈਂ ਪਾਣੀ ਦੇ ਵਾਰੇ ਕਰਨੇ ਤੁਹਾਡੇ ਕਰਨੇ ਗੱਲ ਕਰਨਾ ਜਾਗਾ ਲੇਕਿਨ ਪਾਣੀ ਦੇ ਵਾਰੇ ਕਰਨੇ ਲੋਕਿੰਗ ਪਾਣੀ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਔਰ ਤੁਸੀਂ ਵੀ ਇਸਲਾ ਮਦਦ ਤੁਹਾਡੀ ਸਰਕਾਰ ਹੈ ਇਸਲਾ ਲੇਕਿਨ ਫਿਰ ਵੀ ਲੋਕ ਇਸ ਦਾ ਦੁਖੀ ਤੁਸੀਂ ਪਿਛਲੀਆਂ ਸਰਕਾਰਾਂ ਦੀ ਆਖਿਆ ਤੁਹਾਡੀ ਸਰਕਾਰ ਆਏ ਦੇ ਵੀ ਕਿੰਨਾ ਟਾਈਮ ਹੋਈ ਆ ਲੇਕਿਨ ਤੁਸੀਂ ਕੀ ਕੀਤਾ ਤੁਸੀਂ ਉਹ ਆਪਣੀ ਗੱਲ ਸੁਣਾਓ ਪਹਿਲੀਆਂ ਸਰਕਾਰਾਂ ਹੀ ਛੋੜੋ ਪਹਿਲੀਆਂ ਕੀਤਾ ਜਾਂ ਨਹੀਂ ਕੀਤਾ ਹੋਰ ਕਿਤੇ ਦਿਨ ਕਾਫੀ ਲੋਕ ਨੇ ਲੇਕਿਨ ਉੱਥੋਂ ਇੱਕ ਸਵਾਲ ਬੜਾ ਵੱਡਾ ਖੜਾ ਹੁੰਦਾ ਕਿ ਇਰੀਗੇਸ਼ਨ ਡਿਪਾਰਟਮੈਂਟ ਦਾ ਇੱਕ ਬੜਾ ਵੱਡਾ ਪ੍ਰੋਜੈਕਟ ਇੱਥੇ ਲੱਗੇ ਦਾ ਹਾ ਕਾਫੀ ਲੋਕਿੰਗ ਮਤਲਬ ਉਹਦਾ ਕਰੋੜਾਂ ਦਾ ਹਿਸਾਬ ਹੋਵੇ ਪੈਸਾ ਲੱਗੇ ਦਾ ਕਾਫੀ ਲੋਕਿੰਗ ਉਹਦਾ ਫਾਇਦਾ ਬੈਨੀਫਿਟ ਮਿਲ ਸਕਦਾ ਹ ਲੇਕਿਨ ਮੈਨੂੰ ਲੱਗਾ ਦਾ ਕਿ ਕਾਫੀ ਟਾਈਮ ਪਹਿਲੇ ਦਾ ਉਹ ਪ੍ਰੋਜੈਕਟ ਹੈ ਲੇਕਿਨ ਉਹ ਕਿਆ ਲੋਕਿੰਗ ਉਸਦਾ ਫਾਇਦਾ ਹੋਵਦਾ ਥੋੜੇ ਏਰੀਆ ਜ ਫਸਲ ਥੋੜਾ ਕੀ ਕੀ ਫਸਲ ਹੁੰਦੀ ਜਿਹੜੀ ਤੁਸੀਂ ਇੱਥੇ ਮਤਲਬ ਅੱਛੇ ਤਰੀਕੇ ਨਾਲ ਉਸੀ ਉਗਾਈ ਸਕਦੇ ਹੋ ਕੀ ਕੀ ਫਸਲ ਹੈ ਅਗਰ ਪਾਣੀ ਹੋਵੇ ਤਾਂ ਕੀ ਕੀ ਉਗਾਈ ਸਕਦੇ ਹੋ ਦੋਸਤ ਕਿਹੜੀ ਫਸਲ ਹੈ ਜੀ ਸਭ ਤੋਂ ਅੱਛੀ ਅਸੀਂ ਸੇਵ ਦੇਖਿਆ ਥੋੜਾ ਇੱਥੇ ਬੜਾ ਸਾਨੂੰ ਅੱਛਾ ਲੱਗਾ ਇਹ ਪਿਆਜ਼ ਵਗੈਰਾ ਦਾ ਮਤਲਬ ਅਸੀਂ ਖੇਤੀ ਤੁਸੀਂ ਕੀਤੀ अपना नहीं ना ना आप देख रहे हैं चैनल और मैं हूं आपका होस्ट आप तो कोशिश करेंगे आज हम रांजरी गांव में मौजूद हैं और बहुत सी चीजें इनसे जानेंगे जनाब सब सबसे पहले आपका बहुत बहुत शुक्रिया जनाब शुक्रिया अच्छा सबसे पहले मैं आपसे यही पूछना चाहूंगा कि सियासत में आने का शौक कैसे पड़ा आपको ਸਰਬਜੀ ਗੱਲ ਇੰਨ ਹੈ ਕਿ ਸਿਆਸਤ ਵਿੱਚ ਆਣ ਦਾ ਜਿਹੜਾ ਸ਼ੌਕ ਹੈ ਇਹ ਬੇਸਿਕਲੀ ਐ ਬਲੱਡ ਵਿੱਚ ਹੀ ਆ ਵਾਈ ਫੈਮਿਲੀ ਆ ਕਿ ਜੇ ਮੇਰੇ ਫਾਦਰ ਸਾਹਿਬ ਜਿਹੜੇ ਹੈ ਜੂਸੀਵਲਾ ਜਿਹੜੀ ਸਾਡੀ ਪੰਚਾਇਤ ਹੈ ਉਹ ਜਾਖਲ ਵਿੱਚ ਹੁੰਦੀ ਰਹੀ ਔਰ ਉਥੋਂ ਦੇ ਸਰਪੰਚ ਜਿਹੜੇ ਹੈ ਉਹ ਅਰੀ ਸਿੰਘ ਹੋ ਰਹੇ ਹੁੰਦੇ ਰਹੇ ਔਰ ਉਸੇ ਟਾਈਮ ਮੇਰੇ ਫਾਦਰ ਸਾਹਿਬ ਜਿਹੜੇ ਹੈ ਉਹ ਨਾਇਬ ਸਰਪੰਚ ਰਹੇ ਜਦੋਂ ਕਿ ਸੁਚਾਨੀ ਰਾਯਾ ਜੱਖ ਤਬੋਰ ਇਹ ਸਾਰੇ ਗ੍ਰੈਂਡ ਦੀ ਇੱਕ ਹੈ ਪੰਚਾਇਤ ਹੁੰਦੀ ਰਹੀ ਤੇ ਇਸੇ ਆਸਤਾ ਇਹ ਚੀਜ਼ ਜਿਹੜੀ ਆ ਗੁਸਾ ਗੋਲਾ ਮਿਲੀ ਨਹੀਂ ਆ ਬੇਸਿਕਲੀ ਇਹ ਫਾਦਰ ਸਾਹਿਬ ਦੇ ਜਿਹੜੇ ਜੀਨਸ ਜਿਹੜੇ ਹੈ ਉਹ ਬੇਸਿਕਲੀ ਆਹ ਦੇਣਾ ਕਿ ਪਿਓ ਦੇ ਜਿਹੜੇ ਜੀਨਸ ਹੁੰਦੇ ਨੇ ਉਹ ਔਲਾਦ ਵਿੱਚ ਵੀ ਜਿਹੜੇ ਪਾਏ ਜਾਂਦੇ ਨੇ ਇਸੇ ਆਸਤਾ ਮਤਾ ਕੁਸ਼ ਜਿਹੜਾ ਮੈਂ ਆਪਣੇ ਫਾਦਰ ਸਾਹਿਬ ਕੋਲੋਂ ਸਿੱਖਿਆ ਕਿੰਨਾ ਜ਼ਰੋਈ ਹੈ ਜਨਾਬ ਤੁਸੀਂ ਮਤਲਬ ਸਿਆਸਤ ਜਾਇਦ ਕਿੰਨਾ ਜ਼ਰੋਈ ਹੈ ਸਰਵਰ ਜੀ ਬੇਸਿਕਲੀ ਸਿਆਸਤ ਵਿੱਚ ਮੈਂ 96 ਵਿੱਚ ਜਿਹੜਾ ਸਾੜੀ ਅਸੈਂਬਲੀ ਇਲੈਕਸ਼ਨ ਹੋਈ ਸੀ ਅ ਸ਼ੁਰੂਆਤੇ ਉਸੇ ਵੇਲੇ ਹੋਈ ਕੀ ਜੇ ਮਤਲਬ ਇਲੈਕਸ਼ਨ ਵਗੈਰਾ ਕੋਈ ਤੁਸੀਂ ਲੜੀਆ ਕਦੇ ਕੋਈ ਸਰਪੰਚੇ ਦੀ ਜਾਂ ਕੋਈ ਐਮਐਲਏ ਵਗੈਰਾ ਦੀ ਕੋਈ ਇਲੈਕਸ਼ਨ ਕੋ ਕਦੇ ਲੜੀ ਤੁਸੀਂ ਅਗੇ ਹਾਂ ਮੈਂ 2008 ਵਿੱਚ ਜਿਹੜੀ ਅਸੈਂਬਲੀ ਇਲੈਕਸ਼ਨ ਹੋਈ ਸੀ ਉਸੇ ਵੇਲੇ ਮੈਂ ਵਿਜੇਪੁਰ ਦਾ ਐਜੇ ਐਮਐਲਏ ਕੰਟੈਸਟ ਜਿਹੜਾ ਹੋ ਕੀਤਾ ਹਾਂ ਔਰ ਇੰਡੀਪੈਂਡੈਂਟ ਕੈਂਡੀਡੇਟ ਕੀਤਾ ਹਾਂ ਅੱਜ ਜਨਾਬ ਮੈਂ ਤੁਹਾਡੇ ਇਲਾਕੇ ਦਾ ਦੌਰਾ ਲਾਇਆ ਹੈ ਇਸ ਮਤ ਰਾਂਝੜੀ ਦਾ ਤੋ ਉਸ ਇਸਲਾ ਜਨਰਲ ਸੈਕਟਰੀ ਉਹ ਭਾਜਪੀ ਦੇ ਜੀ ਜੀ ਲੇਕਿਨ ਤੁਹਾਡੇ ਇਲਾਕੇ ਦੀ ਮੈਂ ਹਾਲਤ ਦੇਖੀ ਕਿ ਪਾਣੀ ਹੀ ਲਈ ਅਗਰ ਮੈਂ ਪਾਣੀ ਦੇ ਵਾਲੇ ਕਰਨੇ ਤੁਹਾਡੇ ਕਰਨੇ ਗੱਲ ਕਰਨਾ ਜਾਗਾ ਲੇਕਿਨ ਪਾਣੀ ਦੇ ਵਾਲੇ ਕਰਨੇ ਲੋਕੀਂ ਕਿ ਪਾਣੀ ਦੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਔਰ ਤੁਸੀਂ ਵੀ ਇਸਲਾ ਮਦਦ ਤੁਹਾਡੀ ਸਰਕਾਰ ਹੈ ਇਸਲਾ ਲੇਕਿਨ ਫਿਰ ਵੀ ਲੋਕ ਇਸਲਾ ਦੁਖੀ ਕੀਨ ਕੀ ਪ੍ਰੋਬਲਮ ਹੈ ਲੋਕੀਂ ਲੋਕਾਂ ਦਾ ਮਸਲੇ ਕੀ ਹੱਲ ਨਹੀਂ ਹੋ ਆਦੇ ਸਰਵਜੀ ਬੇਸਿਕਲੀ ਜਿਹੜਾ ਮਸਲਾ ਤੁਸੀਂ ਪੁੱਟਿਆ ਪਾਣੀ ਦਾ ਪਾਣੀ ਦੀ ਇਹ ਬਿਲਕੁਲ ਸੱਚਾਈ ਹੈ ਕਿ ਪਾਣੀ ਦੀ ਜਿਹੜੀ ਬਹੁਤ ਸਾਰੀ ਖਸਤਾ ਹਲਦਾ ਹੈ ਇਹਦੇ ਵਿੱਚ ਮਤਾਸਾਰ ਮੈਂ ਦੋਸ਼ ਜਿਹੜਾ ਆ ਪਿਛਲੀ ਸਰਕਾਰਾਂ ਹੀ ਇੰਗੇ ਲਾਗਾ ਜਾਂ ਤੁਦੇ ਜਿਹੜੇ ਨੇਤਾ ਨੇ ਉਹਨੇ ਕੀ ਵੀ ਲਾਗਾ ਕਨੇ ਕਨੇ ਨੇਤੇ ਵੀ ਮੈਂ ਨਹੀਂ ਤੋ ਪਿਛਲੀਆਂ ਸਰਕਾਰਾਂ ਦੀ ਅੱਖਰ ਥੋੜੀ ਸਰਕਾਰ ਆਏ ਦੇ ਵੀ ਕਿੰਨਾ ਟਾਈਮ ਹੋਈ ਆ ਲੇਕਰ ਤੁਸੀਂ ਕੀ ਕੀਤਾ ਤੋ ਸੋ ਆਪਣੀ ਗੱਲ ਸੁਣਾਓ ਪਹਿਲੀਆਂ ਸਰਕਾਰਾਂ ਨੂੰ ਛੋੜੋ ਪਹਿਲੀ ਇਹ ਕੀਤਾ ਜਾਂ ਨਹੀਂ ਕੀਤਾ ਲੇਕਰ ਥੋੜੀ ਸਰਕਾਰ ਨੇ بڑے بڑے ਵਾਅਦੇ ਕੀਤੇ ਸੀ ਕਿ ਆਸ ਆ ਕੇ ਘਰ ਘਰ ਹਲਕਾ ਲੱਗੇ ਮੋਦੀ ਸਾਹਿਬ ਆ ਕੇ ਲੇਕਰ ਐਸਾ ਅਜ ਨਹੀਂ ਹੋਇਆ ਐਸਾ ਕੀ ਨਹੀਂ ਹੁੰਦਾ ਸਰਵਜੀ ਮੈਂ ਉਹ ਚੀਜ਼ ਤੁਹਾਨੂੰ ਸੁਣਾਉਣਾ ਚਾਹੁੰਦਾ ਆ ਬੇਸਿਕਲੀ ਇਹ ਹੈ ਕਿ ਜਿੰਨੇ ਵੀ ਸਾਡੇ ਨੇਤਾ ਹ ਜਿਹੜੇ ਜਾਂ ਇਸ ਵੀਲੇ ਸਾਡੇ ਚੰਦਰਪ੍ਰਕਾਸ਼ ਗੰਗਾ ਉਹ ਨੇਤਾ ਰੇ ਉਹਦੇ ਟਾਈਮ ਵੀ ਪਾਣੀ ਦੇ ਜਿਹੜੇ ਕਾਫੀ ਸਾਰੇ ਪ੍ਰੋਜੈਕਟ ਆ ਜਾਂ ਬਿਜਲੀ ਦੇ ਜਿਹੜੇ ਕਾਫੀ ਸਾਰੇ ਵੱਡੇ ਵੱਡੇ ਪ੍ਰੋਜੈਕਟ ਆ ਜਿਹੜੇ ਉਹ ਸਾਡੀ ਕੰਸਟੀਟੂਐਂਸੀ ਵਿੱਚ ਜਿਹੜੇ ਉਹਨੇ ਆਂਦੇ ਨਾ ਔਰ ਬਹੁਤ ਅਸ਼ਾਉ ਨੇ ਕੰਮ ਕੀਤਾ ਬੇਸਿਕਲੀ ਪਾਣੀ ਦਾ ਜਿਹੜਾ ਮੇਨ ਕਾਰਨ ਆ ਜਿਹੜੀ ਸਾਡੀ ਇਥੋਂ ਦੀ ਅਫਸ਼ਰਸ਼ਾਈ ਹੈ ਜਿਹੜੀ ਸਾਡੀ ਇਥੋਂ ਦੀ ਬਿਊਰੋਕ੍ਰੇਸੀ ਹੈ ਇਹਨੇ ਸਾਡੇ ਨੇਤੇਗੀ ਔਰ ਸਾਡੀ ਇਥੋਂ ਦੀ ਜਿਹੜੀ ਜਨਤਾ ਆ ਉਹਨੇ ਕੀ ਟੋਟਲੀ ਗਿਆ ਬਲੈਕਮੇਲ ਕੀਤਾ ਆ ਮੈਂ ਸਰਾਸਾਰ ਦੋਸ ਜਿਹੜਾ ਆ ਇਹ ਡਿਪਾਰਟਮੈਂਟ ਬੁਲਾਨਾ ਚਾਹਨਾ ਔਰ ਹੁੰਦੇ ਜਿਹੜੇ ਅਫਸਰਾਨ ਨੇ ਕੀ ਜੇ ਅਫਸਰਾਨ ਜਿੰਨੇ ਵੀ ਚਾਹੀਓ ਗੁੱਸਾ ਵੀ ਡਿਪਾਰਟਮੈਂਟ ਦੇ ਚਾਹੀਓ ਪੀ ਡੀ ਡੀ ਦੇਣਾ ਚਾਹੀਓ ਪੀ ਐਚੀ ਦੇਣਾ ਬੇਸਿਕਲੀ ਇਹ ਕੀ ਕਰ ਦੇਣਾ ਕਿ ਇਹ ਲੋਕਾਂ ਕੀ ਤੇ ਨੇਤੇ ਕੀ ਦੋਨੇ ਧੜੇਂ ਕੀ ਗੁੰਮਰਾਹ ਰੱਖ ਦੇਣਾ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੇਣਾ ਚਾਹਨਾ ਅੱਜ ਸਾਡੇ ਰਾਂਝੜੀ ਵਿੱਚ ਵੀ ਦਿਖਿਆ ਜਾ ਤੇ ਲੋਕ ਮੈਕਸਿਮਮ ਆਪਣੇ ਬੋਰ ਵੈਲ ਜਿਹੜੇ ਕਿਰਾਏ ਦੇਣਾ ਔਰ ਪਹਿਲਾਂ ਇੰਨਾ ਜ਼ਿਆਦਾ ਡਰਾਇਆ ਗਿਆ ਦਾ ਕਿ ਕੰਡੀ ਵਲਡ ਵਿੱਚ ਮਹਾਰਾਜ ਪਾਣੀ ਨਹੀਂ ਮਿਲਦਾ ਮੈਂ ਆਪਣੀ ਗੱਲ ਕਰਨਾ ਚਾਹੁੰਦਾ ਮੈਂ ਆਪਣਾ ਇੱਕ ਬੂਰ ਕਰਾਇਦਾ ਆ ਜੋਦੇ ਵਿੱਚ ਆ ਮੈਂ 2 ਇੰਚੀ ਜਿਹੜਾ ਪਾਣੀ ਲੈ ਕੇ ਆਇਆ ਔਰ ਘਟ ਘਛਾ ਘਟ ਵੀ ਡੇਢ ਕਮਾ ਜਿਹੜਾ ਆ ਮੈਂ ਉਹਦੀ ਸਿੰਚਾਈ ਵੀ ਉਹਦੇ ਕਨੇ ਬੋਰ ਕਨੇ ਕਰਾ ਕਰਨਾ ਆ ਜਦੋਂ ਬੋਰੇ ਦੀ ਗੱਲ ਕੀਤੀ ਉਹ ਬਿਲਕੁਲ ਆਸ ਵੀ ਇਸ ਲੋਕਲ ਏਰੀਆ ਦੇ ਕਾਫੀ ਬਾਰ ਵਿਜ਼ਿਟ ਕੀਤਾ ਹੈ ਲੇਕਿਨ ਕਾਫੀ ਲੋਕੇ ਮਤਲਬ ਬੋਰ ਕਿਤੇ ਦੇ ਕਾਫੀ ਲੋਕ ਲੇਕਿਨ ਉੱਥੋਂ ਇੱਕ ਸਵਾਲ ਬੜਾ ਵੱਡਾ ਖੜਾ ਹੁੰਦਾ ਹੈ ਕਿ ਇਰੀਗੇਸ਼ਨ ਡਿਪਾਰਟਮੈਂਟ ਦਾ ਇੱਕ ਬੜਾ ਵੱਡਾ ਪ੍ਰੋਜੈਕਟ ਇੱਥੇ ਲੱਗੇ ਦਾ ਕਾਫੀ ਲੋਕਿੰਗ ਮਤਲਬ ਉਹਦਾ ਕਰੋੜੇ ਦਾ ਹਿਸਾਬ ਉਹਦੇਰ ਪੈਸਾ ਲੱਗੇ ਦਾ ਕਾਫੀ ਲੋਕਿੰਗ ਉਹਦਾ ਫਾਇਦਾ ਬੈਨੀਫਿਟ ਮਿਲ ਸਕਦਾ ਲੇਕਿਨ ਮੈਨੂੰ ਲੱਗਾ ਦਾ ਕਿ ਕਾਫੀ ਟਾਈਮ ਪਹਿਲੇ ਦਾ ਉਹ ਪ੍ਰੋਜੈਕ ਸਿਰ ਮਸਲਾ ਤੇ ਹੋਇਆ ਹੈ ਨਾ ਮੈਂ ਤੁਹਾਨੂੰ ਇੱਕ ਜੀਜ਼ ਆਖੇ ਕਰਨਾ ਕਿ ਜਿਹੜੀ ਥੋਦੀ ਵੀਰੋਗਰੇਸੀ ਹੀ ਉਹ ਚਾਹੇ ਜਿਹੜੀ ਤੁਸੀਂ ਨਹਿਰ ਦੀ ਸਾਡੀ ਗੱਲ ਕੀਤੀ ਹੈ ਤਵੀ ਇਰੀਗੇਸ਼ਨ ਨਹਿਰ ਇਹ ਸਾੜਾ 1982 ਵਿੱਚ ਬਣੀ ਇਹਦੇ ਵਿੱਚ ਖਰਬੇ ਰੁਪਏ ਦਾ ਕਰੋੜਿਆਂ ਦਾ ਨਹੀਂ ਬੇਸਿਕਲੀ ਖਰਬੇ ਰੁਪਏ ਦਾ ਘੋਟਾਲਾ ਜਿਹੜਾ ਆ ਉਹ ਮੁਲਾਜ਼ਮੇ ਕੀਤੇ ਦਾ ਆ ਔਰ ਅਗਰ 82 ਵਿੱਚ ਸਾਡੀ ਨਹਿਰ ਆਈ ਤਾਂ ਅੱਜ 2021 ਜਾਏ ਕਰਦਾ ਆ ਮੇਰੇ ਖਿਆਲ ਚ ਕੁੱਲ ਮਲਾਈਆ ਕੋਈ 39 41 ਸਾਲ ਜਿਹੜੇ ਨਾ ਉਹ ਇਹ ਕਰਦਾ ਔਰ ਅੱਜ ਤੱਕ ਵੀ ਕੀ ਇਹ ਤੇ ਸੋਈ ਸੀ ਨਹਿਰ ਕਰਨੇ ਅਗਰ ਕੁਸਾ ਦੀ ਇੱਕ ਮਰਲਾ ਵੀ ਜ਼ਮੀਨ ਜਿਹੜੀ ਆ ਉਹ ਸਿੰਚਾਈ ਹੋਈ ਹੋਇਆ ਇਹ ਬੇਸਿਕਲੀ ਕਿ ਇਹ ਹਕੇ ਲੋਕੇ ਬੇਗੂਫ ਬਣਾਉਣੇ ਦਾ ਤਰੀਕਾ ਕਰ ਰਹਾ ਅਫਸਰ ਆਪਣੇ ਫੰਡਸ ਘਟਾਉਣੇ ਹੁੰਦੇ ਨੇ ਔਰ ਘੋਟਾਲਾ ਕਰਨਾ ਹੁੰਦਾ ਆ ਔਰ ਜਿਹੜੇ ਸਾਡੇ ਕਿਸਾਨ ਭਰਾਣਾ ਉਹ ਅੱਜ ਵੀ ਤਰਾਹੀ ਆਮ ਆ ਮੈਂ ਛੋਟੀ ਇੱਕ ਮਿਸਾਲ ਦੇਣਾ ਚਾਹਨਾ ਕਿ ਔਰ ਸੁਜੈਸ਼ਨ ਵੀ ਦੇਣਾ ਚਾਹਨਾ ਇਹਨੇ ਦੋਨੇ ਡਿਪਾਰਟਮੈਂਟ ਦੇ ਪੀਐਚੀ ਹੈਗੀ ਔਰ ਇਰੀਗੇਸ਼ਨ ਕੀ ਜਿੰਨਾ ਸਾਡੀ ਬੇਸਿਕਲੀ ਨਹਿਰ ਨੇ ਖਰਚਾ ਕੀਤਾ ਗਿਆ ਆ ਅਗਰ ਉਸੇ ਟਾਈਮ ਦਾ ਇਰੀਗੇਸ਼ਨ ਟਿਊਬ ਵੈਲ ਅਗਰ ਸਾਡੇ ਏਰੀਆ ਵਿੱਚ ਲਾਏ ਜਾਂਦੇ ਜਾਂ ਫਿਰ ਬੋਰ ਵੈਲ ਗਾ ਲਾਏ ਜਾਂਦੇ ਤੇ ਮੇਰੇ ਖਿਆਲ ਵਿੱਚ ਅੱਜ ਸਾਡਾ ਜਿਹੜਾ ਏਰੀਆ ਹਾ ਉਹ ਪੂਰਾ ਹਰਾ ਭਰਾ ਹੋਣਾ ਹਾਂ ਔਰ ਲੋਕਾਂ ਕੀ ਆਪਣੇ ਖੇਤਰੀ ਵਿੱਚ ਕੰਮ ਕਰਨੇ ਦਾ ਵੀ ਬੜਾ ਜ਼ਿਆਦਾ ਮੌਕਾ ਜਿਹੜਾ ਮਿਲਣਾ ਹਾਂ ਪਾਣੀ ਵਗੈਰਾ ਕੀ ਨਹੀਂ ਆਉਂਦਾ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਡਿਪਾਰਟਮੈਂਟ ਕਰਨੇ ਤੁਸੀਂ ਕੰਡਕਟ ਕਰਨੇ ਦੀ ਕੋਸ਼ਿਸ਼ ਨਹੀਂ ਕੀਤੀ ਕੀ ਨਹੀਂ ਆਂਦਾ ਪਾਣੀ ਹੁੰਦਾ ਜਨਾਬ ਪਾਣੀ ਆਣਾ ਕਿਉਂਕਿ ਜਿਹੜਾ ਪਾਣੀ ਬੇਸਿਕਲੀ ਤਵੀ ਵਿਚ ਆਂਦਾ ਆ ਔਰ ਅਗਰ ਇਸੀ ਨਹਿਰ ਵਿੱਚ ਇੰਨਾ ਜ਼ਿਆਦਾ ਪਾਣੀ ਹੁੰਦਾ ਤੇ ਜਿਹੜਾ ਇਹ ਨਹਿਰ ਬੇਸਿਕਲੀ ਰਾਏ ਮੋੜਾ ਕੋਲ ਆ ਗਿਆ ਉਪਰਾਈ ਨੇ ਲਿਫਟ ਕੀਤੀ ਹੈ ਤੇ ਰਾਏ ਮੋੜ ਦੇ ਗਿਆ ਸਾਡਾ ਜੱਖ ਤਮੋਰ ਦਬੂਜ ਪੋਂਦਾ ਉਹਨੇ ਲੋਕੇ ਅੱਜ ਵੀ ਬੋਰ ਕਰਾਇਆ ਦੇਣਾ ਅਗਰ ਪਾਣੀ ਇੰਨਾ ਪੂਰਾ ਹੁੰਦਾ ਤੇ ਉਸੇ ਜਿਹੜੇ ਏਰੀਆ ਵਿੱਚ ਲੋਕੇ ਬੋਰ ਕਰਾਇਆ ਕੈਲੀ ਕਰਾਣੇ ਮੈਂ ਤੁਹਾਨੂੰ ਇੱਕ ਪਹਿਲਾਂ ਗੈ ਜਿਗਰ ਕੀਤਾ ਕਿ ਇਹ ਅਫਸਰੇ ਜਿਹੜਾ ਇੱਕ ਕੋਟਾਲਾ ਕਰਨਾ ਹੁੰਦਾ ਆ ਕੀ ਜੇ ਉਹ ਨਵੇਂ-ਨਵੇਂ ਪ੍ਰੋਜੈਕਟ ਆਣਦੇ ਜਿਹਾਂ ਕਿ ਪੀ ਐਚ ਦੀ ਪਹਿਲੇ ਪਾਈਪ ਲਾਈਨ ਵਿਛਾਈਦੀ ਆ ਤੇ ਦੂਈ ਉਹਨੇ ਸਟਾਲ ਕਰਨੀ ਆ ਪਹਿਲੀ ਕਿਉਂਨੇ ਪੁੱਟਣੀ ਆ ਇੰਝਾ ਦਾ ਬਿਜਲੀ ਵਾਲੇ ਦਾ ਕੰਮ ਹੈ ਜਿਹੜੀ ਇੱਕ ਉਹਨੇ ਪਹਿਲੇ ਲਾਈਨ ਆਪਣੀ ਵਿਛਾਈ ਦੀ ਆ ਉਸੀ ਸੇਮ ਘਰਾਂ ਦਿੰਦੇ ਤੇ ਦੂਈ ਨਵੇਂ ਖੰਬੇ ਲਾਉਂਦੇ ਨੇ ਪੁਰਾਣੇ ਕੀ ਕੋਈ ਪੁੱਛਦਾ ਨਹੀਂ ਆ ਇਸੇ ਆਸਤੇ ਇੰਦਾ ਇੱਕ ਬੜਾ ਬਾੜ ਜਿਹੜਾ ਜੀਐਨ ਕੇ ਵਿੱਚ ਫਰਾਡ ਜਿਹੜਾ ਆ ਇਹ ਅਫਸਰਸ਼ਾਈ ਕਰਦੀ ਆ ਔਰ ਕਰਦੀ ਰੋਆ ਕਰਦੀ ਆ ਨਹੀਂ ਜਿਹੜੀ ਇਹ ਇਰੀਗੇਸ਼ਨ ਦੀ ਨਹਿਰ ਹੈ ਇਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਐ ਇਸ ਇਲਾਕੇ ਕੀ ਮਤਲਬ ਕਾਫੀ ਗ੍ਰਾਂਡ ਜੋੜੇ ਦੇ ਨੇ ਇੱਥੇ 15 20 ਗ੍ਰਾਂਡ ਗੰਨੇ ਇੰਦਾ ਕੋਈ ਫਾਇਦਾ ਨਹੀਂ ਤੁਹਾਨੂੰ ਦੋਏ ਅਜ ਤੱਕ ਜਨਾਬ ਮੈਂ ਇੱਕੇ ਚੀਜ਼ ਆ ਕੇ ਕਰਨਾ ਤੁਹਾਨੂੰ ਕਿ ਇਸੀ ਨਹਿਰ ਦਾ ਸਾਨੂੰ ਰਤੀ ਭਰ ਵੀ ਜਿਹੜਾ ਫਾਇਦਾ ਆ ਉਹ ਨਹੀਂ ਹੈ ਕਿ ਜੇ ਕਿਸਾਨ ਵਿਚਾਰੇ ਪਰੇਸ਼ਾਨ ਨੇ ਬੇਸਿਕਲੀ ਹੁੰਦੀਆਂ ਇਆਂ ਜ਼ਮੀਨਾਂ ਵੀ ਨੇ ਰੱਬ ਕੀਤੀਆਂ ਨਾ ਔਰ ਪਾਣੀ ਜਿਹੜਾ ਆ ਉਹ ਇਤਹਾ ਹੀ ਨਹੀਂ ਸਦਾ ਇੱਕ ਚੀਜ਼ ਹੋਰ ਤੁਹਾਨੂੰ ਮੈਂ ਸੁਣਾਉਣਾ ਚਾਹਣਾ ਕਿ ਜਿਵੇਂ ਪ੍ਰੈਕਟੀਕਲ ਵੀ ਕੀਤਾ ਦਾ ਆ ਅਗਰ ਇਸੀ ਨਹਿਰ ਦਾ ਪਾਣੀ ਕੁਸਾ ਸੂਗੇ ਵਿੱਚ ਪੂਰਾ ਦਿਨ ਚਲਾਇਆ ਜਾ ਤਾਂ ਉਹ ਚਾਰ ਕਨਾਲ ਕੋਲ ਉੱਪਰ ਜ਼ਮੀਨ ਜਿਹੜੀ ਆ ਉਹ ਨਹੀਂ ਸਹੀ ਪਾਉਂਦਾ ਨਹੀਂ ਫਸਲ ਤੁਹਾਡਾ ਕੀ ਕੀ ਫਸਲ ਹੁੰਦੀ ਜਿਹੜੀ ਤੁਸੀਂ ਇੱਥੇ ਮਤਲਬ ਅੱਛੇ ਤਰੀਕੇ ਨਾਲ ਉਸੀ ਉਗਾਈ ਸਕਦੇ ਹੋ ਕੀ ਕੀ ਫਸਲ ਹੈ ਅਗਰ ਪਾਣੀ ਹੋਵੇ ਤਾਂ ਕੀ ਕੀ ਉਗਾਈ ਸਕਦੇ ਹੋ ਤੁਸੀਂ ਕਿਹੜੀ ਫਸਲ ਹੈ ਜਿਹੜੀ ਸਭ ਤੋਂ ਅੱਛੀ ਹੋਈ ਸਕਦੀ ਜੀਬ ਜਨਾਬ ਸਾਡਾ ਬੇਸਿਕਲੀ ਜਿਹੜੀ ਪੁਰਾਣੇ ਬਜ਼ੁਰਗ ਮੱਕ ਬਾਜਰਾ ਔਰ ਕਣਕ ਘਰਾਂ ਦੇ ਆਕਰ ਦੇਣਾ ਉਸੀ ਖੇਤੀ ਕੀ ਆਸੇ ਬੇਸਿਕਲੀ ਛੱਡਨੇ ਵੀ ਪੋਣਾ ਆ ਕਿ ਜੇ ਉਹਂਦੇ ਕਰਨੇਗਾ ਸੂਰਾ ਲੋਕ ਜਿਹੜੇ ਆ ਉਹ ਸਰਵਾਈਵ ਨਹੀਂ ਕਰੀ ਪਾਉਂਦੇ ਮੈਂ ਛੋਟੀ ਇੱਕ ਮਿਸਾਲ ਦਿੰਨਾ ਮੈਂ ਇਸ ਵੇਲੇ ਪਾਣੀ ਦਾ ਆਪਣਾ ਜੁਗਾੜ ਹੋਇਦਾ ਤੇ ਮੈਂ ਇਸੀ ਸਾਲ ਇੱਕ ਟ੍ਰਾਇਲ ਕੀਤਾ ਬੇਸਿਕਲੀ ਮੈਂ ਐਮਪੀ ਵਿੱਚ ਗਿਆ ਉੱਥੇ ਮੈਂ ਦੇਖਿਆ ਲੋਕੇ ਪਿਆਜ਼ ਲਾਇਦਾ ਤੇ ਮੈਂ ਉਧਰ ਗਿਆ ਇੱਕ ਪਨੀਰੀ ਲਿਆਇਆ ਹਾਂ ਔਰ ਇਸੀ ਵੇਲੇ ਮੈਂ ਇੱਕ ਕਨਾਲ ਪਿਆਜ਼ ਜਿਹੜਾ ਉਹ ਲਾਇਦਾ ਇਸੀ ਵੇਲੇ ਪੂਰਾ ਰੈਡੀ ਪੋਜੀਸ਼ਨ ਵਿੱਚ ਆ ਮੈਂ ਤੁਹਾਨੂੰ ਉਹਦੇ ਫੋਟੋਗ੍ਰਾਫ ਵੀ ਦਸਨਾ ਚਾਹਨਾ ਇਹ ਪਿਆਜ਼ ਆ ਉਸੀ ਵੇਲੇ ਔਰ ਇਹ ਪੂਰੇ ਰੈਡੀ ਪੋਜੀਸ਼ਨ ਵਿੱਚ ਆ ਇਸ ਵੇਲੇ ਔਰ ਮੈਂ ਆਪਣੇ ਨੌਜਵਾਨ ਜਿੰਨੇ ਵੀ ਭਰਾਣਾਂ ਜਾਂ ਜਿੰਨੇ ਵੀ ਕਿਸਾਨ ਨੇ ਹੁੰਦੇ ਆਗੇ ਕੇ ਡਿਮਾਂਡ ਕਰਨਾ ਚਾਹਨਾ ਕਿ ਉਹ ਪਿਆਜ਼ ਆਲੀ ਵਕੀ ਪਿਆਜ਼ ਕਿਹੜੇ ਮਹੀਨੇ ਲਾਇਆ ਤੁਸੀਂ ਜਿਹੜਾ ਪਿਆਜ਼ ਹੈ ਇਸ ਲਈ ਤੇ ਤਿਆਰ ਹੋਈ ਜਾਂਦਾ ਕਿਹੜੇ ਮਹੀਨੇ ਲਾਇਆ ਹੈ ਸਰ ਇਹ ਮੈਂ ਸਤੰਬਰ ਵਿੱਚ ਲਾਇਆ ਹਾ ਤੇ ਪਾਣੀ ਵਗੈਰਾ ਦਾ ਇੰਤਜ਼ਾਮ ਕਿੱਥੋਂ ਕੀਤਾ ਜਾਂਦਾ ਕਿਉਂਕਿ ਤੁਸੀਂ ਆਖਦੇ ਨਹਿਰ ਦਾ ਪਾਣੀ ਵੀ ਨਹੀਂ ਹੈ ਤਾਂ ਫਿਰ ਕਿਆ ਕੋਈ ਬੋਰ ਵਗੈਰਾ ਕਰਾਇਦਾ ਤੁਸੀਂ ਮੈਂ ਸਰ ਆਪਣਾ ਬੋਰ ਕਰਾਇਦਾ ਹੈ ਬੇਸਿਕਲੀ ਉਹਦੇ ਕਰਨੇ ਆ ਲਾਇਆ ਔਰ ਮੈਂ ਵੀ ਇਹ ਚੀਜ਼ ਚਾਹਨਾ ਗੌਰਮੈਂਟ ਅੱਗੇ ਵੀ ਹੈ ਰਿਕਵੈਸਟ ਕਰਨਾ ਚਾਹਨਾ ਕਿ ਉਹ ਬਜਾਏ ਨਹਿਰ ਦੇ ਕਿਉਂਕਿ ਉਹਦੇ ਵਿੱਚ ਖਰਬਾਨ ਵਿਆਹ ਖਰਚ ਆਣਾ ਹੈ ਔਰ ਜਿਹੜਾ ਬੋਰ ਵਾਲਾ ਇੱਕ 3 ਜਾਂ 3.5 ਲੱਖ ਰੁਪਏ ਵਿੱਚ ਪੂਰਾ ਹੋ ਜਾਂਦਾ ਔਰ 2 ਇੰਚੀ ਪਾਣੀ ਸਾਡੇ ਏਰੀਆ ਵਿੱਚ ਮਜੇ ਕਰਨੇ ਮਿਲਦਾ ਆ ਕਿ ਜੇ ਮੇਰੇ ਏਰੀਆ ਵਿੱਚ ਇਸ ਵੇਲੇ 10 ਜਾਂ 15 ਬੋਰ ਜਿਹੜੇ ਨੇ ਉਹ ਚਲਾ ਕਰ ਦੇਣਾ ਕੰਢੀ ਵੈਲਡਾ ਸਾਡਾ ਔਰ 2 ਇੰਚੀ ਪਾਣੀ ਜਿਹੜਾ ਆ ਉਹ ਰਾਮ ਦੇ ਕੰਨੇ ਦਿਆ ਕਰ ਦੇਣਾ ਔਰ ਜ਼ਮੀਨ ਵਿੱਚ ਹਰ ਜਗ੍ਹਾ ਪਾਣੀ ਆ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਨਾ ਸਾਡੇ ਇੱਥੇ ਬੋਰ ਵਾਲੇ ਵਾਲੇ ਜਿਹੜੇ ਨਾ ਉਹ 900 ਰੁਪਏ ਪਰ ਫੁੱਟ ਲੈ ਕਰਦੇ ਜਦਕਿ ਉਹਨ ਸਾੜਾ ਝੂਟੀ ਐ ਐਮਪੀ ਵਿੱਚ 100 ਤੇ 10 ਰੁਪਇਆ ਪਰ ਫਿਟ ਦੇ ਹਿਸਾਬ ਗੱਡੇ ਉਹ ਪੈਸੇ ਜਿਹੜੇ ਨਾਲ ਲੈਂਦੇ ਨਾ ਇਹ ਵੀ ਸਾੜੇ ਗਣ ਇੱਕ ਬੜਾ ਭਾਰੀ ਧੋਖਾ ਹੋਇਆ ਕਰਦਾ ਤਾਂ ਇਆਂ ਮੈਂ ਤੁਹਾਨੂੰ ਗਲਾਈ ਕਰਨਾ ਕਿ ਅਫਸਰ ਜਿਹੜੇ ਨਾ ਉਹ ਮਤਾ ਸਾੜਾ ਕੋਟਾ ਲਾ ਜਿਹੜੇ ਕਰਾ ਕਰਦੇ ਨਾ ਨਾ ਸਾਡੀ ਐਡਮਿਨਿਸਟ੍ਰੇਸ਼ਨ ਕੀ ਪਤਾ ਯਾ ਜਿਹੜੇ ਸਾਡੇ ਨੇਤਾ ਲੋਗ ਨਾ ਨਹੀਂ ਤੁਸੀਂ ਸਰਕਾਰ ਕੀ ਨਹੀਂ ਪੁੱਛਦੀ ਤੁਸੀਂ ਵੀ ਸਰਕਾਰ ਦੇ ਇੱਕ ਮਤਲਬ ਇੱਕ ਵਾਸ਼ਿੰਦੇ ਹੋ ਤੇ ਤੁਸੀਂ ਕੀ ਨਹੀਂ ਪੁੱਛਦੇ ਹੋਣੇ ਜਿਹੜੀ ਅਫਸਰ ਚਾਹੀ ਸੀ ਕੀ ਆ ਬੀ ਹੋ ਚੁੱਕੀ ਦੀ ਕੀ ਨਹੀਂ ਹੋਣੀ ਮਤਲਬ ਪੁੱਛਣ ਵਾਲਾ ਕੋਈ ਨਹੀਂ ਐ ਇਸਦਾ ਮਤਲਬ ਜਨਾਬ ਬੇਸਿਕਲੀ ਇਸ ਵੇਲੇ ਕਿ ਇਸ ਵੇਲੇ ਲੋਕ ਕਹਿੰਦੇ ਜਿਹੜੇ ਚੁਣੇ ਦੇ ਨੁਮਾਇੰਦੇ ਨੇ ਬੇਸੀ ਗਲੀ ਉਹ ਵਿਚਾਰੇ ਫ੍ਰੀ ਗਏ ਬੈਠੇ ਦੇ ਨੇ ਇਸ ਹੀ ਆਸਾ ਅਫਸਰ ਸ਼ਾਹੀ ਜਿਹੜੇ ਨੇ ਉਹ ਆਪਣੀ ਕੇ ਮਰਜ਼ੀ ਕਰਦੇ ਨੇ ਚਾਹੇ ਉਹਦੇ ਕੰਨੇ ਪਰ ਜੂਨ ਤੱਕ ਨਹੀਂ ਰੇਂਗਦੀ ਔਰ ਹੋਈ ਸਕਦਾ ਕਿ ਜਿਹੜੇ ਕਿਸਾਨ ਨੇ ਇਸ ਵੀ ਲੋ ਜਾਗਰੂਕ ਜਾਗਰੂਕ ਹੋਆ ਕਰਦੇ ਨੇ ਔਰ ਚੰਦ ਦਿਨ ਦੇ ਅੰਦਰ ਅੰਦਰ ਗਿਆ ਕਿਸਾਨ ਜਿਹੜੇ ਨੇ ਕੋਦਾ ਛਿੜਕੇ ਪਰ ਵੀ ਉਤਰਨਗਣ ਕਿ ਜੇ ਇਸ ਵੀ ਲੈ ਅਫਸਰ ਸ਼ਾਹੀ ਕਿਸਾਨ ਨੇ ਵੀ ਤਿਆਹ ਲੈਦਾ ਹੈ ਕਿ ਇਹਨੇ ਜਗਾਣਾ ਹੈ ਮੇਰੇ ਕੋਲ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਡੇਲੀ ਪਿਆਜ਼ ਦੇਖਣੇ ਵੀ ਆਉਂਦੇ ਨੇ ਮੈਂ ਥੋੜਾ ਜਿਹਾ ਕੋਈ ਸਾਰਾ ਬੂਟਾ ਸੇਵ ਦਾ ਵੀ ਲਾਇਦਾ ਯਾਰ ਅਸੀਂ ਸੇਵ ਦੇਖਿਆ ਥੋੜਾ ਇੱਥੇ ਬੜਾ ਸਾਨੂੰ ਅੱਛਾ ਲੱਗਾ ਇਹ ਪਿਆਜ਼ ਵਗੈਰਾ ਦਾ ਮਤਲਬ ਅਸੀਂ ਖੇਤੀ ਤੋਂ ਹੀ ਕੀਤੀ ਸਾਨੂੰ ਬੜੀ ਖੁਸ਼ੀ ਹੋਈ ਦਿੱਖੀ ਹੈ ਔਰ ਇੰਨਾ ਅੱਛਾ ਇਲਾਕਾ ਇਹ ਤੁਹਾਡਾ ਲੇਕਿਨ ਲੋਕਿੰਗ ਦੀ ਪ੍ਰੋਬਲਮ ਕੀ ਆਦੀ ਹੈ ਕਿ ਕੁਝ ਗਰੀਬ ਲੋਕ ਐਸੇ ਨੇ ਜਿਹੜੇ ਲੋਕ ਵਿਚਾਰੇ ਉਹ ਪਾਣੀ ਮਤਲਬ ਕਿ ਆਪਣਾ ਬੋਰਵੈਲ ਨਹੀਂ ਲਾਈ ਸਕਦੇ ਹਨ ਉਹਨਾਂ ਲੋਕਾਂ ਵਾਸਤੇ ਬੜੀ ਜ਼ਿਆਦਾ ਪ੍ਰੋਬਲਮ ਆਦੀ ਹੈ ਤੇ ਬਾਕੀ ਜੇ ਅਗਰ ਪਾਣੀ ਹੈ ਤੇ ਇੱਥੇ ਸੇਵ ਬੜੇ ਅੱਛੇ ਤਰੀਕੇ ਨਾਲ ਹੁੰਦੇ ਨੇ ਸਰ ਈ ਸਰ ਇਹਦੇ ਬਾਰੇ ਕੀ ਆਖਣਾ ਚਾਹਗੇ ਤੁਸੀਂ ਬਿਲਕੁਲ ਸਰ ਮੈਂ ਇਹ ਟ్రਾਇਲ ਕੀਤਾ ਆ ਕਿਉਂਕਿ ਮਿਮੀ 100 ਬੂਟਾ ਲਾਇਦਾ ਮੇਰੇ ਕਰਨੇ ਦਾ ਸਾਡਾ ਇੱਕ ਆਸ਼ਰਮ ਹੈ ਉਹਨੇ ਕੋਈ 8 900 ਬੂਟਾ ਲਾਇਦਾ ਇਹ ਜਿਹੜਾ ਟ్రਾਇਲ ਕੀਤਾ ਇਹਦੇ ਤੋਂ ਸਫਲ ਹੁੰਦੇ ਮਤਲਬ ਬਿਲਕੁਲ ਲੱਭਾ ਦੇ ਉਹ ਸਾਹਮਣੇ ਬਿਲਕੁਲ ਸਰ ਮੇਰਾ ਇਹਦਾ 100 ਬੂਟਾ ਉਹ ਅੱਜ ਪੂਰਾ ਫਲ ਦੇਣੇ ਦੀ ਤਿਆਰ ਹੈ ਔਰ ਮੈਂ ਇਸੀ ਵਾਰੀ ਆਪਣੇ ਵੀ ਸੇਵ ਦੇ ਬੂਟੇ ਜਿਹੜੇ ਨਾਲ ਆਪਣੇ ਕਲਮ ਕਰੀ ਆ ਆਪੂ ਤਿਆਰ ਵੀ ਕਰੇਗਾ ਨਾ ਤਾਂ ਕਿ ਕਿਸਾਨੇ ਜਿਹੜੇ ਨੇ ਉਹ ਸੇਵ ਦੇ ਬੂਟੇ ਜਿਹੜੇ ਨੇ ਉਹ ਸਾਨੀ ਕਰਨੇ ਮਿਲੀ ਸਕਣ ਔਰ ਮੇਰੀ ਸਾਰੇ ਕਿਸਾਨਿਆਂ ਗਿਆ ਇੱਕ ਰਿਕਵੈਸਟ ਵੀ ਹੈ ਕਿ ਥੋੜਾ ਰ ਆਪਣੇ ਖੇਤੀਬਾੜੀ ਵਾਲੀ ਵਖੀ ਜਿਹੜਾ ਹੈ ਉਹ ਵੀ ਧਿਆਨ ਦੇਣ ਔਰ ਕਿਸਾਨ ਸਾਡਾ ਇੱਥੋਂ ਦਾ ਵਿਚਾਰਾ ਨਿਹਤਾ ਜਾਂ ਬੇਸੀ ਗਲੀ ਉਹ ਕਮਜ਼ੋਰ ਹੈ ਔਰ ਮੇਰੀ ਸਰਕਾਰ ਅੱਗੇ ਵੀ ਔਰ ਐਲਜੀ ਗਵਰਨਮੈਂਟ ਅੱਗੇ ਵੀ ਇੱਕ ਇਹ ਅਪੀਲ ਹੈ ਕਿ ਜਿੱញਾ ਐਮਪੀ ਵਿੱਚ 110 ਰੁਪਏ ਪਰ ਫਿਟ ਦੇ ਹਿਸਾਬ ਨਾਲ ਬੋਰ ਕਰ ਦੇਣਾ ਤੇ ਸਾਡੀ ਜੰਮੂ ਵਿੱਚ ਇਹ 900 ਰੁਪਏ ਪਰ ਫੁੱਟ ਦੇ ਹਿਸਾਬ ਨਾਲ ਬੋਰ ਕਰ ਕਰਾ ਕਰ ਦੇਣਾ ਔਰ ਮੇਰੀ ਇਹ ਗੁਜਾਰਿਸ਼ ਹੈ ਕਿ ਕੀ ਨਹੀਂ एमपी ਵਿਚ ਆ ਜਾਂ यूपी ਵਿਚ ਆ ਉਹ ਮਸ਼ੀਨਾਂ ਜਿਹੜੀਆਂ ਨਾ ਇੱਥੇ ਲਾਈਆਂ ਜਾਣ ਤਾਂ ਕਿ ਕੋਈ ਵੀ ਕਿਸਾਨ ਜਿਹੜਾ ਆ 50 ਜਾਂ 60 ਹਜ਼ਾਰ ਕਰਨੇ ਉਹਦਾ ਆਰਾਮ ਕਰਨੇ ਬੋਰ ਹੋ ਜਾਂਦਾ ਯਾਤ ਔਰ ਉਹਦੀ ਜਿਹੜੀ ਡਿਗਿੰਗ ਸਰਵਜੀ ਇੱਕ ਤੁਹਾਨੂੰ ਹੋਰ ਵੀ ਸੁਣਾਣਾ ਸਾਢੇ 350 ਦੇ ਬਾਅਦ ਹੱਥ ਖੜੇ ਕਰੀ ਜਾਂਦੇ ਨੇ ਬੋਰ ਵਾਲੇ ਔਰ ਉਹ 900 ਫੁੱਟ ਤੱਕ ਜਿਹੜੀ ਡਿਗਿੰਗ ਆ ਉਹ ਕਰਦੇ ਨਾ ਔਰ ਉਹਦਾ ਰੇਟ ਜਿਹੜਾ ਹੈ ਸੇਮ ਘਰੋਂਦਾ ਆ ਲਿਹਾਜਾ ਅਗਰ 900 ਫੁੱਟ ਤੱਕ ਕਰ ਸਾਢੇ ਤਾਂ ਬੋਰ ਹੋਵੇ ਤੇ ਮਜੇ ਕਰਨੇ ਪਾਣੀ ਆਂਦਾ ਆ ਮੈਂ ਤੁਹਾਨੂੰ ਨਿੱਕ ਚੀਜ਼ ਹੋ ਰੱਖਣਾ ਇੱਕ ਫਰਾਡ ਔਰ ਤੁਹਾਨੂੰ ਸੁਣਾਣਾ ਸਾਢਾ ਇੱਥੇ ਇੱਕ ਟਿਊਬਲ ਬਣਿਆ ਜਿਸੀ ਆਸ ਮੇਰਾ 6.5 ਕਰੋੜ ਰੁਪਏ ਦਾ ਪ੍ਰੋਜੈਕਟ ਹੈ 650 ਫੀਟੋ ਥੱਲੇ ਗਿਆ ਤੇ ਪਾਣੀ ਸਰਪਰ ਜੀ ਉਥੂ ਵੀ ਦੋ ਇੰਚੀ ਇਹ ਮਿਲਾ ਕਰਦਾ ਮੇਰਾ ਇੱਥੇ ਇੱਕ ਬੋਰ ਹੈ 350 ਫੋਟੋ ਦੀ ਗਹਿਰਾਈ ਹੈ ਔਰ ਦੋ ਇੰਚੀ ਪਾਣੀ ਲਗਾਤਾਰ ਦਿਨ ਰਾਤ ਬੋਟਰ ਚਲਾਉਂਦੇ ਰਹੇ ਔਰ ਪਾਣੀ ਨਹੀਂ ਛੁੱਟਦਾ ਆ ਨਹੀਂ ਉਹਦੇ ਵਿੱਚ ਕੰਮ ਹੁੰਦਾ ਆ ਤੇ ਮੇਰੇ ਖਿਆਲ ਵਿੱਚ ਉਥੇ 6.5 ਕਰੋੜ ਰੁਪਏ ਖਰਚ ਆਇਆ ਐਸਾ ਐਡਮਿਨਿਸਟ੍ਰੇਸ਼ਨ ਕੀ ਕਰਾਦਾ ਲੋਕਾਂ ਨੂੰ ਬੇਵਕੂਫੀ ਬਣਾਦਾ ਕਿ ਸਾਡੇ ਟੈਕਸ ਦੇ ਪੈਸੇ ਮਤਲਬ ਟੈਕਸ ਦੇ ਪੈਸੇ ਕਿੰਨੇ ਜਿੰਨਾ ਵੀ ਕੰਮ ਆਵਾਦਾ ਫਿਰ ਕੀ ਕੀ ਲੋਕੀ ਜਿਹੜਾ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਜਾਦਾ ਹੈ ਇੱਕ ਮਤਲਬ ਕੋਈ ਕੁਸੀ ਕਸੂਰਬਾਰ ਮੰਨਦੇ ਹੋ ਤੁਸੀਂ ਮੈਂ ਤੇ ਜਨਾਬ ਬੇਸਿਕਲੀ ਸਰਕਾਰ ਵਿੱਚ ਬੈਠੇ ਜਿੰਨੇ ਵੀ ਵੱਡੇ ਅਫਸਰ ਨੇ ਕੀ ਜੇ ਹੁੰਦੇ ਕੋਲ ਮੋਟੀ ਕਮਿਸ਼ਨ ਜਾਂਦੀ ਹੈ ਔਰ ਬਿਨਾ ਕਮਿਸ਼ਨ ਦੇ ਹੁੰਦੇ ਦੇਖੋ ਇੱਕ ਅਫਸਰ ਛੋਟਾ ਜਿਹਾ ਅਗਰ ਲੱਗਦਾ ਹੈ ਕਿ ਜੇ ਵੀ ਲੱਗਦਾ ਆ ਦੋ ਸਾਲਾਂ ਬਾਅਦ ਉਹਦੇ ਇੱਥੇ 1 ਔਰ ਅਫਸਰ ਸਾਹਿਬ ਤੁਹਾਨੂੰ ਮੈਂ ਪਹਿਲੇ ਵੀ ਸੁਣਾਇਆ ਗਿਆ ਬੜੀ ਜ਼ਿਆਦਾ ਹਾਬੀ ਹੈ ਜਿਹੜੇ ਲੋਕਾਂ ਗਿਆ ਗੁਜਾਰਿਸ਼ ਕਰਗਾ ਕਿ ਜਿਸ ਲੋ ਆਪਣੇ ਨੁਮਾਇੰਦੇ ਚੁਣਦੇ ਨੇ ਉਹਦਾ ਆਈਕਿਊ ਜਿਹੜਾ ਆ ਮਤਾ ਸਾੜਾ ਤੇਜ਼ ਹੋਏ ਔਰ ਗ੍ਰਾਉਂਡ ਵਿੱਚ ਆ ਘਸਦੇ ਅਗਰ ਨੇਤਾ ਸਾਡੇ ਅਸੈਂਬਲੀ ਵਿੱਚ ਜਾਣਗੇ ਤੇ ਮੇਰੇ ਖਿਆਲ ਚ ਲੋਕਾਂ ਦਾ ਜ਼ਰੂਰ ਕਲਿਆਣ ਜਿਹੜਾ ਆ ਹੋਏਗਾ ਨਾ ਕਿ ਅਗਰ ਤੁਸੀਂ ਜਿਸ ਵੀਲਾ ਸਾਡੇ ਲੋਕ ਬੋਰਡ ਦੇ ਦੇਖਦੇ ਨੇ ਆ ਇਹ ਹੈਲਦੀ ਤੇ ਵੈਲਦੀ ਨੇਤਾ ਕੀ ਚੁਣਦੇ ਨੇ ਉਸੇ ਦਾ ਉਸੇ ਵੇਲੇ ਕੁਝ ਕਮੀਆਂ ਜਿਹੜੀਆਂ ਨਾ ਸਾਡੇ ਲੋਕਾਂ ਦੀਆਂ ਵੀ ਰਹੀ ਜਾਂਦੀਆਂ ਔਰ ਅੱਜ ਤੱਕ ਸਾਡਾ ਏਰੀਆ ਜਿਹੜਾ ਆ ਉਹ ਪਾਣੀ ਦੀ ਤਰਸੇ ਕਰਦਾ ਆ ਮੈਂ ਤੁਹਾਨੂੰ ਇੱਕ ਗੱਲ ਦਾ ਅਸ਼ਵਾਸ਼ਣ ਦਿੰਦਾ ਕਿ ਅਗਰ ਗਵਰਨਮੈਂਟ ਇਹ 6.5 ਕਰੋੜ ਰੁਪਏ ਦਾ ਇੱਕ ਪਾਣੀ ਵਾਲਾ ਪ੍ਰੋਜੈਕਟ ਆਂਦਾ ਅਗਰ 6.5 ਕਰੋੜ ਰੁਪਏ ਦਾ ਇੱਕ ਇਰੀਗੇਸ਼ਨ ਵਾਲਾ ਪ੍ਰੋਜੈਕਟ ਆਨਣ ਤੇ ਮੇਰੇ ਖਿਆਲ ਚ ਸਾਡਾ ਰਾਯਾ ਰਾਂਝੜੀ ਪਾਟੀ ਔਰ ਸੰਘਵਾਲ ਜਿਹੜਾ ਆ ਇਹਨੇ ਸਾਰੇ ਲੋਕਾਂ ਕੀ ਬੋਰ ਹੋ ਜਿੰਦੇ ਨਾ ਔਰ ਇੰਦੀ ਜਮੀਨਾਂ ਜਿਹੜੀ ਆ ਨਾ ਉਥੇ ਮੇਰੇ ਖਿਆਲ ਚ ਹਰਿਆਲੀਆਂ ਫਸਲਾਂ ਜਿਹੜੀਆਂ ਨਾ ਉਹ ਲਹਿਰਾਂਦੀਆਂ ਨਾ ਔਰ 6.5 ਕਰੋੜ ਰੁਪਏ ਕਨੇ ਅਗਰੇ ਨਹੀਂ ਕਰੀ ਸਕਦੇ ਤੇ ਕੋਈ ਤਾਂ ਮਿਗੀ ਦੇ ਦੇਣ ਤੇ ਮੇਰੇ ਕਨੇ ਇੱਕ ਕਮੇਟੀ ਬਣਾਈ ਜਾ ਔਰ ਮੈਂ ਇਹਨੇ ਚੋਣੇ ਕਰਾਇਆਗੇ ਤੁਹਾਨੂੰ ਆਸ਼ਵਾਸਨ ਦਿੰਦਾ ਅਗਰ ਇਹਨੇ ਹਾਰਾ ਪਰਾ ਨਹੀਂ ਕਰੀ ਦਿਆਂ ਹੁਣ ਤੁਸੀਂ ਜਿਹੜੀ ਸਾਡੀ ਐਲਜੀ ਐਡਮਿਨਿਸਟ੍ਰੇਸ਼ਨ ਹੈ ਸਾਡੇ ਡੀਸੀ ਮੈਮ ਸਾਂਭਣ ਕੀ ਇੰਦੇ ਅੱਗੇ ਕੀ ਅਪੀਲ ਕਰਗੇ ਤੁਸੀਂ ਮੈਂ ਸਿਰ ਐਲਜੀ ਸਾਹਿਬ ਅੱਗੇ ਜਾਂ ਡੀਸੀ ਸਾਹਬ ਅੱਗੇ ਇੱਕੋ ਅਪੀਲ ਕਰਗਾ ਕਿ ਸਾਡਾ ਕੰਢੀ ਵੈਲਟਾ ਸਿਵਾਏ ਤੁਸੀਂ ਜਿਹੜੀ ਇਹ ਨਹਿਰ ਬਣਾਈ ਸੀ ਕੋਲਾ ਅਗਰ ਜਿੰਨੀਆਂ ਸਾਰੀਆਂ ਖੱਡਾਂ ਨੇ ਉਹਦੇ ਵਿੱਚ ਚੈੱਕ ਡੈਮ ਬੜਾਏ ਜਾਂਦੇ ਤਾਂ ਕਿ ਵਾਟਰ ਲੈਵਲ ਸਾਡਾ ਉਪਰ ਆਂਦਾ ਕਿ ਕਿ ਨਹਿਰ ਚ ਵਿੱਚ ਤਾਂ ਇਹ ਵੀ ਪਾਣੀ ਨਹੀਂ ਆਏ ਕਰਦਾ ਫਿਰ ਇੱਕ ਇੱਕ ਸ਼ਗੂਫਾ ਉਹ ਰਾਇ ਕਰਦਾ ਕਿ ਜਿਹੜੀ ਸਾਡੀ ਤਵੀ ਵਾਲੀ ਸਾਡੇ ਨਹਿਰ ਹੈ মাত্র 23 ਕਿਲੋਮੀਟਰ ਦੂਰ ਹੈ ਸਾਡੇ ਕੋਲ ਆ 23 ਕਿਲੋਮੀਟਰ ਦਾ ਸਾਨੂੰ ਪਾਣੀ ਨਹੀਂ ਪੂਜੇ ਕਰਦਾ ਤੇ ਸੁਣਨੇ ਚ ਆਇ ਕਰਦਾ ਕਿ ਇੱਕ ਨਹਿਰ ਹੋਇਆ ਉਹ ਰਾਈ ਕਰਦੀ ਆ ਦਰਿਆ ਉਜ ਵਿਚਾ ਉਹ ਜਬ ਕਿ ਸਾਡੇ ਕੋਲ ਇਥੋਂ 127 ਕਿਲੋਮੀਟਰ ਦੂਰ ਹੈ ਤੁਸੀਂ ਆਪੂ ਸਮਝਦਾਰ ਹੋ 23 ਕਿਲੋਮੀਟਰ ਵਾਲੀ ਸਾਨੂੰ ਪਾਣੀ ਨਹੀਂ ਦਿਆ ਕਰਦੀ ਤੇ 127 ਕਿਲੋਮੀਟਰ ਵਾਲਿਆਂ ਸਾਨੂੰ ਕਦੋਂ ਪਾਣੀ ਦੇਣਾ ਆ ਇੱਥੇ ਵੀ ਮੀ ਲੱਗਦਾ ਕਿ ਸ਼ਾਇਦ ਕੋਈ ਫਰਾਡ ਜਿਹੜਾ ਆ ਜਾ ਕੋਟ ਵਾਲਾ ਜਿਹੜਾ ਜਾ ਉਹ ਕੋਈ ਉਹਨੇ ਜਾਈ ਕਰਦਾ ਆ ਔਰ ਲੁਕਿੰਗ ਇਹਦੇ ਆਸਤੇ ਵੇਰ ਰੋਣਾ ਚਾਹੀਦਾ ਆ ਔਰ ਇਹਦੇ ਆਸਤੇ ਆਵਾਜ਼ ਜਿਹੜੀ ਆ ਉਹ ਜ਼ਰੂਰ ਚੁਕਣੀ ਚਾਹੀਦੀ ਆ ਥੈਂਕ ਯੂ ਸਰ ਇਹ ਸਾਡੇ ਮਲਾਬ ਸਿੰਘ ਹੋਰ ਇਹਨੇ ਕਾਫੀ ਮਤਲਬ تفصیلی ਗੱਲ ਕੀਤੀ ਸਾਡੇ ਗੰਨੇ ਔਰ گورنمنٹ ਗੰਨੇ ਇਹ اپیل ਕੀਤੀ ਕਿ ਜਿਹੜਾ ਸਾਡੇ ਗ੍ਰਾਂਦੇ ਲੋਕ ਬੜੇ ਗਰੀਬ ਵਿਚਾਰੇ ਲੋਗਨ ਇਹਨੇ ਅਗਰ ਪਾਣੀ ਥੋਈਆ ਤੇ ਇਹ ਬੜੀ ਅੱਛੇ ਤਰੀਕੇ ਗੰਨੇ ਮਤਲਬ ਫਸਲ ਵਗੈਰਾ ਜਿਹੜੇ ਅਸੀਂ ਲਾਈ ਸਕਦੇ ਕਿਉਂਕਿ ਪਾਣੀ ਖਰੀਦੀ ਇਹਦੇ ਮਤਲਬ ਪੂਰਾ ਨਹੀਂ ਕਰੀ ਸਕਦੇ ਹਨ ਔਰ ਇਹਨੇ بار بار ਹੀ ਮਤਲਬ ਆਖਿਆ ਇਰੀਗੇਸ਼ਨ ਦਾ ਜਿਹੜਾ ਪਾਣੀ ਇੱਥੇ ਆਂਦਾ ਹੈ ਉਹ ਬਿਲਕੁਲ ਨਹੀਂ ਹੈ ਮਤਲਬ ਅਗਰ ਲਗਾਤਾਰ 24 ਘੰਟੇ ਵੀ ਚਲੇ ਤੇ ਉਸ ਦੇ ਕੋਲ ਆ باوجود ਵੀ ਜਿਹੜਾ ਮਤਲਬ ਕਿ ਦੋ ਕਨਾਲ ਜਗਾ ਕਿ ਉਹ ਗਿੱਲਾ ਨਹੀਂ ਕਰੀ ਸਕਦਾ ਤੇ ਇਸ ਵਾਸਤੇ ਬੇਸਟ ਜਿਹੜਾ ਮਤਲਬ ਲੋਕਾਂ ਦਾ ਪੈਸਾ ਉਸੀ ਬੇਸਟ ਨਹੀਂ ਕੀਤਾ ਜਾ ਅੱਜ ਤੱਕ ਲਈ ਇਤਨਾ ਹੀ ਥੈਂਕ ਯੂ ਸ਼ੁਕਰੀਆ